40 ਸਾਲ ਕੀਤਾ ਕੰਮ ਹਨਾ 45 ਸਾਲ ਤਾਂ ਹੋ ਗਏ ਨੇ ਵਧੂ ਹਨਾ ਬਜ਼ੁਰਗਾਂ ਦੇ ਨਾਲ 45 ਸਾਲ ਕੀਤਾ ਕੰਮ ਤੇ ਹੁਣ ਵੀ ਆਪਣੇ ਨਾਲ ਹੀ ਠੀਕ ਆ। ਪਹਿਲਾਂ ਤਾਂ ਤੁਹਾਡਾ ਵਿਰਸਾ ਟੀਵੀ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਤੇ ਦੋਸਤ ਜੌਲ। ਸੋਸ਼ਲ ਮੀਡੀਆ ਤੇ ਹਰ ਰੋਜ਼ ਹੀ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਆ ਤੇ ਇਸੇ ਤਰ੍ਹਾਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ, ਜਿਸ ਵੀਡੀਓ ਨੂੰ ਲੋਕੀ ਕਾਫੀ ਜ਼ਿਆਦਾ ਸ਼ੇਅਰ ਵੀ ਕਰ ਰਹੇ ਨੇ ਤੇ ਕਾਫੀ ਜ਼ਿਆਦਾ ਪਸੰਦ ਵੀ ਕਰ ਰਹੇ ਨੇ। ਤੇ ਵੀਡੀਓ ਕਿਉਂ ਹੋ ਰਹੀ ਆ ਵਾਇਰਲ, ਆਓ ਇੱਕ ਝਲਕ ਮਾਰਦੇ ਆ ਵੀਡੀਓ ਦੇ ਵੱਲ। ਲੋ ਵੀ ਮੇਰੇ ਪੰਜਾਬੀ ਜ਼ੀਰੋ ਬੱਬੂ ਵੀ ਆਸਟ੍ਰੇਲੀਆ ਦੀ ਧਰਤੀ ਤੇ ਪਹੁੰਚ ਗਿਆ। ਇਹਨੇ ਬੱਬੂ ਨੇ ਬਜ਼ੁਰਗਾਂ ਦੇ ਨਾਲ 45 ਸਾਲ ਕੀਤਾ ਕੰਮ ਹਨਾ 45 ਸਾਲ ਤਾਂ ਹੋ ਗਏ ਨੇ ਬੱਬੂ ਹਨਾ ਬਜ਼ੁਰਗਾਂ ਦੇ ਨਾਲ 45 ਸਾਲ ਕੀਤਾ ਕੰਮ ਤੇ ਹੁਣ ਵੀ ਆਪਣੇ ਨਾਲ ਹੀ ਸੀਗਾ ਕਿੰਨਾ ਰਲਿਆ ਤਾਂ। ਹਾਂ ਹੁਣ ਵੀ ਕਈ ਸਾਲਾਂ 14-15 ਸਾਲਾਂ ਤੋਂ ਸਾਰਾ ਘਰ ਬਾਰ ਸਾਂਭਦਾ। ਪਿਛਲੇ ਸਾਲ ਇਹਨੇ ਕਿਹਾ ਸੀਗਾ ਬਈ ਆਸਟ੍ਰੇਲੀਆ ਜਾਣਾ, ਮੈਨੂੰ ਵੀ ਦਿਖਾ ਦੋ ਕਿਹੜਾ ਕਿੱਥੇ ਰਹਿੰਦੇ ਹੋ, ਕੀ ਹਿਸਾਬ ਕਿਤਾਬ ਆ ਤੁਹਾਡਾ, ਕੀ ਗੱਲ ਬਾਤ ਆ। ਲੋਕ ਤਾਂ ਟਿੱਚਾ ਕਰਦੇ ਸੀ ਬਿੱਲ ਹੈ ਤੈਨੂੰ ਕਿੱਥੇ ਆਸਟ੍ਰੇਲੀਆ ਚਲੇ ਜਾਏਗਾ। ਆਹ ਲੋ ਬਈ ਬੱਗੂ ਆ ਗਿਆ ਆਸਟ੍ਰੇਲੀਆ ਦੀ ਧਰਤੀ ਤੇ, ਮੈਲਬਰਨ ਆਸਟ੍ਰੇਲੀਆ ਇੰਡੋਜ ਵਾਲੇ ਤੁਹਾਡੇ ਪੰਜਾਬੀ ਵੀਰਾਂ ਕੋਲੇ।